SVS ਪੁਲਿਸ ਡਿਪਾਰਟਮੈਂਟ ਤੇ ਪੂਰੇ ਪ੍ਰਸ਼ਾਸਨ ਵੱਲੋਂ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਤੇ ਜੋ ਵੀ ਗਲਤ ਆਂਸਰ ਪਾਇਆ ਜਾਂਦਾ ਹੈ ਉਸ ਤੇ ਕਾਨੂੰਨ ਦੇ ਮੁਤਾਬਕ ਪੂਰੀ ਸਖਤੀ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਵੋਟਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਵਿੱਚ ਸਾਡੀ ਪੁਲਿਸ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਕਰਕੇ ਜੇਕਰ ਕੋਈ ਵੀ ਗਲਤ ਆਂਸਰ ਪਾਇਆ ਜਾਂਦਾ ਹੈ ਉਸ ਦੇ ਉੱਪਰ ਕਾਨੂੰਨੀ ਤੌਰ ਦੇ ਉੱਪਰ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਸਖਤੀ ਵਰਤੀ ਜਾਵੇਗੀ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕਹਿਣ ਦੀ ਰਿਪੋਰਟ। ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਸ਼ਹਿਰ ਦੇ ਚੱਪੇ ਚੱਪੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਤੇ ਇਹ ਫਲੈਗ ਮਾਰਚ ਜੋ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੇ 100 ਮੁਲਾਜ਼ਮ ਸ਼ਾਮਲ ਸਨ। ਅੱਜ SPS ਨਗਰ ਪੁਲਿਸ ਡਿਪਾਰਟਮੈਂਟ ਅਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ। ਸ਼ਹਿਰ ਦੇ ਕਈ ਇਲਾਕਿਆਂ 'ਚ, ਮੁਹੱਲਿਆਂ 'ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ 'ਚ ਹੈਗੀ ਹੈ। ਪੁਲਿਸ ਫੋਰਸ, ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ। ਕੋਈ ਵੀ ਅਨਟੂਵਰਡ ਇੰਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ। ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕੋਡ ਆਫ ਕੰਡਕਟ ਲੱਗ ਚੁੱਕਿਆ। ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸਖਤੀ ਨਾਲ ਪੇਸ਼ ਆਵਾਂਗੇ। ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਇਲੈਕਸ਼ਨਸ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ ਵੋਟਿੰਗ ਕਰਨੀ ਹੈ। ਫੇਅਰ ਵੋਟਿੰਗ ਹੋਣੀ ਚਾਹੀਦੀ ਹੈ, ਫਰੀ ਫਰੋਮ ਐਨੀ ਪ੍ਰੈਸ਼ਰਸ, ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਾ ਟੀ ਕਰਾਂਗੇ। ਥੈਂਕ ਯੂ। ਅੱਜ ਅਸੀਂ ਇੱਥੇ SPS ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ। ਇਹਦੇ ਵਿੱਚ ਸਾਡੀ BSF ਦੀ ਟੁਕੜੀ ਸਾਡੇ ਨਾਲ ਹੈਗੀ ਹੈ ਅਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਹੈ। ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ। ਇਹ ਸਾਡੇ 8 ਵਜੇ ਦੇ ਤੱਕ ਸਾਰੀ ਨਾਕਾਬੰਦੀ ਰਹੇਗੀ। ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ, ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਸ ਓਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੇਜ਼ਰ ਹੈਗਾ। ਇਹਦੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਅਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤੈਨਾਤ ਹੈਗੇ ਹਾਂ ਅਤੇ ਜੇ ਕੋਈ ਵੀ ਕੋਈ ਸ਼ਰਾਰਤੀ ਕੰਮ ਕਰਦਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਿਲਾਫ਼ ਅਸੀਂ ਪੂਰੀ ਸਖਤੀ ਕਰਾਂਗੇ। ਹਾਂਜੀ ਹਾਂ ਬਿਲਕੁਲ, ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣਗੇ ਹੋਰ ਵੀ ਫੋਰਸ ਆਏਗੀ ਅਤੇ ਅਸੀਂ ਹੋਰ ਵੀ ਨਾਕਾਬੰਦੀ ਜਿਹੜੀ ਉਹ ਵਧਾ ਦਾਂਗੇ। ਪਿੰਡਾਂ 'ਚ ਹਾਂਜੀ ਪਿੰਡਾਂ 'ਚ
ਹਾਂਜੀ ਹਾਂ, ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਚੱਲੇਗਾ। ਸਰ, ਆਮ ਲੋਕਾਂ ਨਾਲ ਵੀ ਰਾਬਤਾ ਬਣਾਇਆ ਜਾਵੇਗਾ, ਗੱਲਬਾਤ ਬਾਤਚੀਤ ਹੋਵੇਗੀ ਆਮ ਲੋਕਾਂ ਨਾਲ? ਬਿਲਕੁਲ ਜੀ ਬਿਲਕੁਲ, ਅਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਂਦੇ ਹੈਗੇ ਹਾਂ, ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ, ਜੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਆਪੱਤੀ ਹੈਗੀ ਹੈ, ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ। ਬਿਲਕੁਲ ਜੀ ਬਿਲਕੁਲ, ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ, ਅੱਜ ਵੀ ਸਾਡਾ ਕੱਸ ਓਪਰੇਸ਼ਨ ਹੈਗਾ ਜਿਹਦੇ 'ਚ ਅਸੀਂ 12 ਜਗ੍ਹਾ 'ਤੇ ਨਾਕਾਬੰਦੀ ਕੀਤੀ ਹੈ, ਅਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਅਤੇ ਬੱਸ ਸਟੈਂਡ ਦੀ, ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟੂ ਟਾਈਮ ਕਰਵਾਉਂਦੇ ਰਹੇ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ, 9863-79-499 'ਤੇ ਫੋਨ ਕਰੋ, 9863-79-499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ ਮੇਰੇ ਹਿਸਾਬ ਨਾਲ ਜੀ ਡਿਪਾਰਟਮੈਂਟ ਵੱਲੋਂ, ਮਹਿਕਮੇ PSPCL ਵੱਲੋਂ ਤਾਂ ਹੈਗੀ ਆ, ਸਰਕਾਰ ਵੱਲੋਂ ਕੋਈ ਇੱਦਾਂ ਦੀ ਸਕੀਮ ਨਹੀਂ ਹੈਗੀ। PSPC ਵੱਲੋਂ ਹੈਗੀ, ਕੀ ਹੈ ਜ਼ਿਕਰ ਕਰੋਗੇ ਥੋੜ੍ਹਾ ਜਿਹਾ, ਤਾਂ ਕਿ ਜਿਹੜੇ ਦੇਖ ਰਹੇ ਦਰਸ਼ਕ ਨੂੰ ਥੋੜ੍ਹਾ ਪਤਾ ਲੱਗੇ? ਹਾਂਜੀ, ਐਕਸੀਡੈਂਟ ਕੇਸਿਸ ਦੇ ਵਿੱਚ। ਅੱਛਾ ਜੀ, ਬੋਲਦੇ ਹੋ ਬਾਕੀ ਗ੍ਰੈਚੁਟੀ ਜੋ ਵੀ ਬਣਦੀ ਹੈ, ਪੈਨਸ਼ਨ, ਕਿਉਂਕਿ ਅਸੀਂ ਬਹੁਤ ਸਾਰੇ ਦੇਖਿਆ ਹੈ ਕਿ ਕਈ ਵਾਰੀ ਲਾਈਨਮੈਨ ਜਿਹੜੇ ਵਿਚਾਰੇ ਹੁੰਦੇ ਆ ਉਹ ਆਪਣਾ ਕੰਮ ਲਈ ਪੂਰੀ ਨਿਰੰਤਰ ਸੇਵਾ ਨਿਭਾਉਂਦੇ ਆਉਂਦੇ ਆ, ਅਤੇ ਕਰੋਨਾ ਟਾਈਮ ਦੇ ਵਿੱਚ ਵੀ ਤੁਹਾਡੇ ਦੇ ਵੱਲੋਂ ਕਾਫੀ ਮਤਲਬ ਨਿਰੰਤਰ ਸੇਵਾ ਕੀਤੀ ਗਈ ਹੈ, ਪਰ ਤੁਹਾਨੂੰ ਹਜੇ ਤੱਕ ਵੀ ਉਸ ਤਾਂ ਕਦੇ ਵੀ ਸਨਮਾਨਿਤ ਨਹੀਂ ਕੀਤਾ ਗਿਆ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਆਪਾਂ ਦੇਖਿਆ ਵੀ ਕਦੇ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ, ਕਿਉਂਕਿ ਬਾਕੀ ਸਾਰੇ ਡਿਪਾਰਟਮੈਂਟ ਨੂੰ ਕੀਤਾ, ਪੁਲਿਸ ਮਹਿਕਮੇ ਨੂੰ ਕੀਤਾ, ਡਾਕਟਰ ਨੂੰ ਕੀਤਾ ਆ, ਪਰ ਤੁਸੀਂ 24 ਘੰਟੇ ਡਿਊਟੀ ਕਰਦੇ ਹੋ, ਪਰ ਹਜੇ ਤੱਕ ਵੀ ਤੁਹਾਨੂੰ ਕਦੇ ਸਨਮਾਨਿਤ ਕੀਤਾ, ਕਦੇ ਵੀ SDM ਸਾਹਿਬ ਨੇ? ਕਰੋਨਾ ਟਾਈਮ 'ਚ ਸਾਡੇ ਮਹਿਕਮੇ ਨੇ ਬਹੁਤ ਸੇਵਾ ਕੀਤੀ ਜੀ, ਬਹੁਤ ਮੁੰਡਿਆਂ ਨੇ ਅੱਗੇ ਵੱਧ ਕੇ ਲਾਈਟ ਦਾ ਪੂਰਾ ਪ੍ਰਬੰਧ ਰੱਖਿਆ ਜੀ,
ਪਰ ਇਹ ਗੱਲ ਕਹਿਣ ਯੋਗ ਹੈ ਵੀ ਸਾਡਾ ਉਸ ਕਰੋਨਾ ਟਾਈਮ ਦੇ ਵਿੱਚ ਜਿੰਨਾ ਵੀ ਦੁਆ ਕਿਸੇ ਨੇ ਕੋਈ ਸਨਮਾਨ ਨਹੀਂ, ਕੋਈ ਬਿਜਲੀ ਬੋਰਡ ਦਾ ਇਸ ਵਿੱਚ ਸਾਨੂੰ ਕੋਈ ਮਾਣ ਪੱਤਾ ਜਾਂ ਕੋਈ ਵੀ ਇੱਦਾਂ ਦਾ ਕੁਛ ਨਹੀਂ, ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਨਹੀਂ ਦਿੱਤੀ। ਪ੍ਰਮੋਸ਼ਨ ਵੀ ਇਹਨਾਂ ਨੇ, ਜਦਕਿ ਅਸਿਸਟੈਂਟ ਲਾਈਨਮੈਨ ਦੀ ਪੋਸਟ ਹੈ ਨਹੀਂ ਸੀ, ਇਹਨਾਂ ਨੇ ਪੋਸਟ ਬਣਾ ਦਿੱਤੀ ਅਸਿਸਟੈਂਟ ਲਾਈਨਮੈਨ ਦੀ। ਕਿੱਡਾ ਬੜਾ ਸ਼ੋਸ਼ਣ ਹੈ। ਪਹਿਲਾਂ ਤਾਂ 5-6 ਸਾਲ ਅਸੀਂ ਅਸਿਸਟੈਂਟ ਲਾਈਨਮੈਨ ਦੀ ਪੋਸਟ 'ਤੇ ਕੰਮ ਕਰੇ, ਜਦਕਿ ਕੰਮ ਸਾਤੋਂ ਲਾਈਨਮੈਨ ਦਾ ਲਿਆ ਜਾਂਦਾ ਹੈ। ਸਾਰਾ ਸਾਡਾ ਪੀ ਐੱਸ ਪੀ ਸੀ ਐੱਲ ਦੀ ਡਿਪਾਰਟਮੈਂਟ ਵੀ ਧੱਕਾ ਕਰ ਰਹੀ ਹੈ, ਮੈਨੇਜਮੈਂਟ ਤਾਂ ਹੈ ਧੱਕੇਸ਼ਾਹੀ ਹੈ, ਔਰ ਸਭ ਤੋਂ ਜ਼ਿਆਦਾ ਸਾਡੀ ਘਟੀਆ ਸਰਕਾਰ ਗੂੰਗੀ ਅਤੇ ਬੋਲੀ। ਹੁਣ ਇਹਨਾਂ ਕੋਈ ਵਾਅਦਾ ਨਹੀਂ, ਕੋਈ ਲਾਰਾ ਨਹੀਂ, ਬਸ ਇਹੀ ਕਹਿੰਦੇ ਕਰਦੇ ਹਾਂ ਕਰਦੇ ਹਾਂ। ਕਿੰਨੀ ਵਾਰ ਧਰਨੇ ਮੁਜ਼ਾਹਰੇ ਹੋ ਲਏ, ਪਰ ਮੰਗ ਪੱਤਰ ਦੇ ਕੇ ਆ ਜਾਂਦੇ ਸੀ, ਪਰ ਸੁਣਵਾਈ ਸਾਡੀ 1% ਵੀ ਨਹੀਂ ਹੁੰਦੀ। ਪੱਤਰਕਾਰ ਜੀ, ਇਹ ਲਾਸਟ ਵਿੱਚ ਕਹਿਣਾ ਪੈਂਦਾ ਹੈ ਵੀ ਜਿਹੜੇ ਵੀ MLA MP ਬਣੇ ਆ ਸੰਵਿਧਾਨ ਦੇ ਮੁਤਾਬਕ ਬਣੇ ਆ, ਔਰ ਜਦੋਂ ਵੀ ਸਟੇਜਾਂ 'ਤੇ ਗੱਲ ਕਰਦੇ ਇਹ ਕਹਿੰਦੇ ਸੰਵਿਧਾਨ ਨੂੰ ਮੁੱਖ ਰੱਖ ਕੇ ਸ਼ਬਦ ਲੈਂਦੇ ਆ, ਆਹ ਕਰਦੇ ਉਹ ਕਰਦੇ, ਪਰ ਜਿਹੜੇ ਇਹ ਆਪਣੇ ਲੀਡਰ ਸ਼ਾਹੀ ਦੇ ਵਿੱਚ ਧੱਕਾ ਕਰਦੇ ਆ, ਸਿਰਫ ਅਤੇ ਸਿਰਫ ਸੰਵਿਧਾਨ ਦੇ ਉਲਟ ਕਰ ਰਹੇ ਆ, ਸੰਵਿਧਾਨ ਨੂੰ ਮੁੱਖ ਰੱਖ ਕੇ ਕੁਛ ਨਹੀਂ ਕਰਦੇ। ਜੇਕਰ ਸੰਵਿਧਾਨ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਵੇ, ਆਮ ਵਰਗ ਨੂੰ ਦੱਸਿਆ ਜਾਵੇ ਸੰਵਿਧਾਨ ਦੇ ਵਿੱਚ ਆਹ ਆਰਟੀਕਲ ਆਹ ਵਰਗ ਦੇ ਬਰਾਬਰ ਹੈ, ਲੇਡੀ ਸਮਾਜ ਨੂੰ ਵਰਗ ਦੇ ਬਰਾਬਰ ਹੈ, ਪਰ ਇਹ ਦੱਸਦੇ ਨਹੀਂ, ਕਿਉਂਕਿ ਜੇ ਸਾਡੇ ਅਨਪੜ੍ਹ ਲੋਕ, ਭੋਲੇ ਭਾਲੇ ਲੋਕ ਇਹ ਸਮਝਦਾਰ ਹੋ ਗਏ ਤਾਂ ਇਹਨਾਂ ਨੇ ਸਰਕਾਰਾਂ ਨੂੰ ਘੇਰਨਾ ਹੈ, ਇਹਨਾਂ ਨੂੰ ਸਵਾਲ ਪੁੱਛਣੇ ਵੀ ਆਹ ਕੁਛ ਹੈ ਸੰਵਿਧਾਨ ਦੇ ਵਿੱਚ ਲਿਖਿਆ ਵਾ, ਤੁਸੀਂ ਕਿਹੜੀ ਗੱਲ ਕਰਦੇ ਆ। ਪਰ ਮੈਂ ਇਹੀ ਲਾਸਟ 'ਚ ਕਹਿਣਾ ਚਾਹੁੰਦਾ, ਇਹ ਜਿੰਨੀਆਂ ਵੀ ਸਰਕਾਰਾਂ ਇਹ ਘਟੀਆਂ ਆਈਆਂ ਪਹਿਲਾਂ ਵੀ ਅਤੇ ਹੁਣ ਵੀ, ਹਮੇਸ਼ਾ ਮੁਲਾਜ਼ਮ ਮਾਰੂ ਨੀਤੀਆਂ ਲੈ ਕੇ ਆਈਆਂ, ਆਮ ਵਰਗ ਮੁਲਾਜ਼ਮ ਮਾਰੂ ਨੀਤੀਆਂ ਲੈ ਕੇ ਆਈਆਂ, ਕੋਈ ਇਹਨਾਂ ਨੇ ਵਧੀਆ ਨੀਤੀਆਂ ਨਹੀਂ ਆ। ਬਹੁਤ ਬਹੁਤ ਧੰਨਵਾਦ ਜੀ।